ਹਾਂਜੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ ਹੈ ਜੀ? ਠੀਕ ਠਾਕ। ਸੋ ਅੱਖਾਂ ਉਨੀਆਂ ਕਿ ਖੁੱਲੀਆਂ ਪਈਆਂ, ਰੁਕੋ ਰੁਕੋ। ਸੇ ਅੱਜ ਫਿਰ ਬਲੌਗ ਬਣਾਉਣ ਲੱਗੇ ਹਾਂ ਜੀ। ਅੱਜ ਟਰੱਕਰ ਵਾਲੇ ਮੁੰਡੇ ਨਾਲ ਹੈ, ਇਹ ਹੈ ਜੀ ਘੁੱਗੀ ਭਾਅ ਜੀ, ਇੰਦਰਜੀਤ ਸਿੰਘ ਜੀ, ਉਹ ਹਰਜਿੰਦਰ ਸਿੰਘ ਜੀ, ਬਾਬਾ ਜੀ ਕਹਿੰਦੇ ਆ ਜੀ ਉਹਨਾਂ ਨੂੰ, ਮੇਰਾ ਤੁਹਾਨੂੰ ਪਤਾ ਹੀ ਹੈ ਜੈਪੀ ਸਿੰਘ ਹੈ ਜੀ। ਸੋ ਅੱਜ ਜਾਣਾ ਜੀ ਟ੍ਰਿਪ 'ਤੇ, ਲੈਣ ਲੱਗੇ ਆ ਕਿਚਨ ਦਾ ਸਮਾਨ ਮੁੰਡੇ, ਅਤੇ ਥੋੜ੍ਹਾ ਜਿਹਾ ਲੇਟ ਹੋ ਗਏ ਆ। ਲੇਟ ਤਾਂ ਹੋਏ ਆ, ਆਹ ਦੇਖੋ ਬਾਹਰ ਧੁੰਦ ਜੀ ਪਈ ਹੋਈ ਆ, ਤਾਂ ਕਰਕੇ ਗੱਭਰੂ ਪੂਰਾ ਮੱਛਵਾਟਾ ਮੱਖੀ ਰੱਖੀ ਆ ਕਿ ਇਸ ਮੱਖਣ ਨਾਲ ਲਾਏ। ਚਲੋ ਬਾਕੀ ਦਿਖਾਉਂਦੇ ਹੌਲੀ ਹੌਲੀ ਤੁਹਾਨੂੰ ਸਾਰਾ ਜੀ। ਬਾਬਾ ਜੀ ਦੇਖੋ ਹੁਣ, ਬਾਬਾ ਜੀ ਹੁਣੇ ਤੁਰੇ ਆ ਪੂਰਾ, ਬੱਸ ਡਰਾਈਵਰ ਆਪਣੇ, ਅਤੇ ਇੱਧਰ ਆ ਜੀ, ਆਹ ਧੁੰਦ ਧੁੰਦ ਪਈ ਆ ਬਹੁਤ, ਤੁਹਾਨੂੰ ਦਿਖਾਉਂਦੇ ਆ ਲਾਗੇ ਮਾਰਕੀਟ 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 ਚ ਲਓ ਜੀ ਸਮਾਨ ਲੈ ਰਹੇ ਆ ਗੱਭਰੂ, ਆਹ ਪਰੇ ਦੇ ਦੋਸਤ ਹੈ ਜੀ, ਅਭੀ ਹਮਨੇ ਸਮਾਨ ਲੈ ਲਿਆ, ਆਹ ਭਾਜੀ ਹੁਣਾਂ ਨੇ ਸਮਾਨ ਲੈ ਲਿਆ, ਬਾਬਾ ਜੀ ਸਮਾਨ ਲੈ ਲਿਆ, ਹੱਥ ਕਰਾਣਗੇ ਜੀ, ਮੁੱਕੀ ਹੈ ਜੀ ਮੇਰੀ ਸੋਹਣੀ ਜੀ, ਮਾਮਾ ਜੀ ਹੈਲੋ ਕਰੋ, ਹਾਂ ਮੋਟਾ ਬਾਈ, ਇਹ ਮਾਰਕੀਟ ਆ ਜੀ, ਇਧਰ ਸੇ ਆਓ ਸਮਾਨ ਲੈਣੇ ਕੇ ਲਈ, ਇਧਰ ਵੀ ਆ ਬਾਈ, ਗੱਭਰੂਆਂ ਨੇ ਸਮਾਨ ਲੈ ਲਿਆ ਵਾ, ਦੇਖ ਬਈ ਆਹ ਦੇ ਇੱਧਰ ਗੱਭਰੂ ਡਿਲੀਵਰੀ ਹੁਣ ਛੱਡਣ ਜਾਊਗਾ ਬੰਦਾ ਸਾਨੂੰ, ਬੈਠੋ ਮੁੰਡਿਓ ਬੈਠੋ, ਜਲਦੀ ਰੱਖ ਕੇ ਸਮਾਨ, ਅੰਜ ਬੰਗੁੱਟੀ ਨੂੰ ਮਿਲਚੀ ਕੀ ਭਾਜੀ ਆ ਗਏ ਆ ਭਾਜੀ, ਹਾਂ ਆਹ ਗੱਡੀ ਆ ਰਹੀ ਤੁਸੀਂ ਹੁਣ ਨਵੀਂ ਖੋਲਿਆ ਮਾੜਾ ਜੀ, ਚਾਬੀ ਅੰਦਰ, ਚਾਬੀ ਇਹਨਾਂ ਦੀ ਅੰਦਰ ਹੁੰਦੀ ਹਮੇਸ਼ਾ, ਆਹ ਵੀ ਕੈਂਪ ਕਹਿੰਦੇ ਆ ਜੀ ਤਾਂ ਬਾਈ ਬਹੁਤ ਸੋਹਣਾ ਧੁੰਦ ਪਈ, ਹੁਣ ਮਾੜਾ ਜਿਹਾ ਸੂਰਜ ਨਿਕਲੂਗਾ ਫਿਰ ਤੁਰਦੇ ਪਾਉਂਦੇ ਹਾਂ ਤੋਰੇ ਚਾਲੇ, ਆਹ ਜੀ ਅਸਲੀਅਤ ਦੁਬਈ 'ਚ ਜਿੱਥੇ ਅਸੀਂ ਰਹਿੰਦੇ ਹਾਂ, ਆਹ ਜੀ ਹਾਂਜੀ ਅਸੀਂ ਆ ਗਏ ਸੀਗੇ ਬਾਰਡਰ ਨੂੰ, ਅਸੀਂ ਜਾਣਦੇ ਹਾਂ ਜੀ, ਹੁਣ ਬਾਰਡਰ ਰੋਡ 'ਤੇ ਪੈ ਗਿਆ ਸੀਗਾ ਮੈਂ ਸਮਾਨ ਸਮੂਨ ਲੈ ਕੇ, ਭਾਜੀ ਹੁਣੀ ਹਜੇ ਪਿੱਛੇ ਹੀ ਉਹਨਾਂ ਨੇ ਐਡਵਾਂਸ ਅਡਵੂੰਸ ਲੈਣਾ ਸੀਗਾ, ਅਤੇ ਆਪਾਂ ਮੈਂ ਕਿਹਾ ਆਪਾਂ ਨਿਕਲਦੇ ਹਾਂ, ਤੁਸੀਂ ਆ ਜਾਓ ਬਾਰਡਰ 'ਤੇ ਆ ਕੇ ਮਿਲਦੇ ਹਾਂ ਫਿਰ, ਸਹੀ ਆ ਹੁਣ ਜਾਣਦੇ ਹਾਂ ਅਤੇ ਅੱਗੇ ਜਾ ਕੇ ਦੱਸਦੇ ਹਾਂ ਮਾਹੌਲ ਕੀ ਹੈਗਾ। ਪਿੱਛੇ ਲੈ ਕੇ ਮੈਂ ਆ ਗਿਆ ਸੀ ਮਰਫੇ, ਇੱਥੋਂ ਆਪਾਂ ਲੰਗਰ ਪਾਣੀ ਛਕਿਆ, ਬਰਫ਼ ਪਾਈ, ਪਾਣੀ ਪੂਣੀ ਭਰਾਇਆ, ਹੁਣ ਅਸੀਂ ਚਾਲੇ ਪਾਉਣੇ ਫਿਰ ਬਾਰਡਰ ਨੂੰ, ਅੱਗੇ ਜਾ ਕੇ ਮਿਲਣਗੇ ਭਾਜੀ ਹੁਣੀ, ਆਹ ਆਪਣੀ ਸਿਆਰਾ ਆ ਫਿਰ ਵੀਰਾ, ਆਹ ਵੀ ਭਾਜੀ ਹੁਣੀ ਉਹਨਾਂ ਦੇ ਨਾਲ ਦੇ ਆਪਾਂ ਕੀਤੇ ਆ ਲੋਡ, ਇੰਦਰਜੀਤ ਘੁੱਗੀ ਭਾਜੀ ਹੋਣਾਂ ਨਾਲ ਦੇ, ਅਤੇ ਜਾ ਕੇ ਇਹਨਾਂ ਨੂੰ ਵੀ ਬਾਰਡਰ 'ਤੇ ਵੀ ਇਕੱਠੇ ਹੋਏ ਨੇ ਸਾਰੇ, ਅਤੇ ਮਿਲਦੇ ਹਾਂ ਫਿਰ ਇਹਨਾਂ ਨੂੰ ਜਾ ਕੇ ਉੱਥੇ, ਨਾਲੇ ਘੁੱਗੀ ਭਾਜੀ ਹੁਣਾਂ ਨੂੰ ਮਿਲਦੇ ਹਾਂ, ਰਸਤੇ 'ਚ ਹੀ ਮਿਲ ਜਾਣੇ ਉੱਥੇ। ਉੱਥੋਂ ਅਸੀਂ ਹੁਣ ਨਿਕਲੇ ਹਾਂ ਜੀ, ਇਹ ਹੈਗਾ ਜੀ ਇਹਦਾ ਨਾਂ ਸ਼ਹਿਰ ਦਾ ਮਰਫਾ, ਮਰਫਾ ਕਰੋਸ ਕਰਕੇ ਸਾਰਾ, ਅਤੇ ਇੱਥੇ ਇੱਕ ਆਈਸ ਫੈਕਟਰੀ ਆ ਬਰਫ ਪਾਉਣ ਪਾਉਣ ਲਈ ਫਰਿੱਜ 'ਚ, ਅਤੇ ਪਾਣੀ ਪੂਣੀ ਇੱਥੇ ਭਰਾਉਂਦੇ ਆ ਡਰੰਮ ਦੇ ਵਿੱਚ, ਨਹਾਉਣ ਨਹੁਣ ਲਈ, ਕਿਚਨ ਅਤੇ ਭਾਂਡੇ ਭੁੰਡੇ ਧੋਣ ਲਈ, ਉਹ ਸਭ ਕੁਛ ਕਰਨ ਲਈ ਆ, ਥੋੜ੍ਹਾ ਜਿਹਾ ਹੈਗਾ 1-2 ਕਿਲੋਮੀਟਰ ਕੱਚਾ, ਬਾਕੀ ਮੁੜ ਕੇ ਫਿਰ ਰੋਡ 'ਤੇ ਚੜ੍ਹ ਜਾਣੀ ਗੱਡੀ, ਉਹ ਰੋਡ ਆ ਨਾਲ ਹੀ, ਹਾਂ ਗੱਡੀਆਂ ਦੇਖਦੇ ਹੁਣ ਤੁਸੀਂ ਜਾਂਦੀਆਂ ਜੀ, ਅਤੇ ਪਹੁੰਚ ਗਏ ਜੀ ਅੱਧੇ ਰਸਤੇ 'ਤੇ, ਆਹ ਪੀੜ ਦੀ ਬਣੀ ਗੱਡੀ ਦਾ ਇੱਥੇ ਕੋਈ ਖਰਾਬ ਖਰੂਬ ਹੋਇਆ ਹੋਣਾ, ਐਮਰਜੈਂਸੀ ਲਾਈਨ ਤੋਂ ਥੱਲੇ ਲਾਈ ਆ ਜੀ, ਇੱਥੇ ਗੱਡੀ ਆਪਾਂ ਪੀਲੀ ਲਾਈਨ ਤੋਂ ਥੱਲੇ ਕਰ ਨਹੀਂ ਸਕਦੇ, ਜੇ ਕੋਈ ਐਮਰਜੈਂਸੀ ਆ ਤਾਂ ਫਿਰ ਹੀ ਰੋਕ ਸਕਦੇ ਹਾਂ, ਹਾਂ ਜੀ ਮੋਲ ਬਣਿਆ ਪਿਆ ਇੱਥੇ ਦਾ, ਹਾਂਜੀ ਬਾਕੀ ਸਵੇਰੇ ਰੂਪ ਹੋਰ ਸੀਗਾ ਅਤੇ ਹੁਣ ਥੋੜ੍ਹਾ ਰੂਪ ਹੋਰ ਹੋ ਗਿਆ, ਕਿਉਂਕਿ ਨਹਾ ਨਹੁ ਕੇ ਘਰੋਂ ਤਿਆਰ ਹੋ ਕੇ ਆਏ ਹਾਂ ਆਪਾਂ ਬਾਰਡਰ ਨੂੰ ਜਾਣ ਲਈ, ਅਤੇ ਬੜਾ ਵਧੀਆ ਸਫ਼ਰ ਚੱਲਦਾ ਪਿਆ, ਮਹਾਰਾਜ ਕਿਰਪਾ ਨਾਲ ਸਭ ਕੁਛ ਠੀਕ ਆ, ਅਤੇ ਇਸ ਵਾਰੀ ਟ੍ਰਿਪ ਮੇਰਾ ਇਕੱਲੇ ਦਾ ਆ, ਇਹ ਮੈਂ ਜਾਣਾ ਤਮਾਮ, ਘੁੱਗੀ ਭਾਅ ਜੀ ਹੁਣਾਂ ਨੇ ਜਾਣਾ ਆ ਰਿਆਦ, ਅਤੇ ਬਾਰਡਰ 'ਤੇ ਸ਼ਾਇਦ ਅਸੀਂ ਇਕੱਠੇ ਹੋ ਜਾਈਏ, ਅਤੇ ਬਾਰਡਰ 'ਤੇ ਜ਼ਿਆਦਾ ਵੀਡੀਓ ਵਗੈਰਾ ਬਣਾ ਨਹੀਂ ਸਕਦੇ, ਇਸ ਕਰਕੇ
ਕਿਤੇ ਸ਼ੋਟ ਲਾਵਾਂਗੇ ਜਿੱਥੇ ਬੈਠੇ ਹੋਵਾਂਗੇ ਆਪਾਂ ਬਾਰਡਰ ਦੀ ਨਹੀਂ ਲੈਣੀ ਵੀਡੀਓ ਅਤੇ ਉੱਦਾਂ ਬਣਾਵਾਂਗੇ ਆਪਣੀ ਵੀਡੀਓ ਵਿੱਚ ਅਤੇ ਚੱਲਦੇ ਹਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਤਮਾਮ ਸਾਊਦੀ ਅਰਬ ਹੁਣ ਸ਼ੀਸ਼ਾ ਵੀ ਥੋੜ੍ਹਾ ਗੰਦਾ ਹੋ ਗਿਆ ਅੱਗੇ ਇੰਨਾ ਹੀ ਅੱਗੇ ਰੋਡ ਖਾਲੀ ਮਿਲਦਾ ਸੀਗਾ ਗੱਡੀ ਜਾਂਦੀ ਸੀ ਪੂਰੀ ਅੱਸੀ ਅਤੇ ਆਹ ਵੀਰ ਆ ਗਿਆ ਇੱਕ ਵਿੱਚ ਪਤਾ ਨਹੀਂ ਕਿੱਥੋਂ ਅਤੇ ਹੁਣ ਹੌਲੀ ਹੌਲੀ ਤੁਰਿਆ ਇਹਦੇ ਪਿੱਛੇ ਪਿੱਛੇ ਜਾਣਾ ਪੈਂਦਾ ਮਤਲਬ ਤੁਹਾਨੂੰ ਦੱਸ ਦਈਏ ਅਸੀਂ ਪਹੁੰਚ ਗਏ ਸੀ ਬਾਰਡਰ 'ਤੇ ਟਾਈਮ ਨਾਲ ਹੀ ਪੇਪਰ ਉੱਪਰ ਬਣਾਏ ਆ ਅਤੇ ਭਾਅ ਜੀ ਹੁਣੀ ਮਿਲ ਗਏ ਆ ਇਹ ਹੈਗੇ ਆ ਜੀ ਸਾਡੇ ਖੱਖ ਭਾਅ ਜੀ ਆ ਜੀ ਠੀਕ ਆ ਜੀ ਉਹ ਸਾਡਾ ਆਉਂਦਾ ਜੀ ਜੱਸਾ ਇਹ ਉਹ ਜੱਸਾ ਜੀ ਜਿਹੜਾ ਕਹਿੰਦੇ ਨਹੀਂ ਕਿ ਹੁਣ ਜੱਸੇ ਆ ਗੁਲਾਬ ਤੋਂ ਫੜਾਉਂਦਾ ਅਤੇ ਮੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲਿਆਂ 'ਚ ਪਹਿਲਾਂ ਨਾ ਆਉਂਦਾ ਇਹ ਜੀ ਲੰਗਰ ਦੀ ਸੇਵਾ ਇਹਨਾਂ ਨੇ ਲਈ ਆ ਐਪਲ ਉੱਪਲ ਇੱਧਰ ਕੀਵੀ ਸੈੱਲ ਸੁੱਲ ਵਧਾਉਣ ਗਿਆ ਸਾਡੇ ਪੂਰੀ ਅੱਤ ਕਰਾ ਰਿਹਾ ਜੀ ਆਪਾਂ ਬਾਰਡਰ 'ਤੇ ਪਹੁੰਚ ਗਏ ਹੁਣ ਬਾਰਡਰ ਨਿਕਲ ਕੇ ਵੀਡੀਓ ਵੀਡੀਓ ਬਣਨੀ ਆ ਵੱਧ ਤੋਂ ਵੱਧ ਕਿਚਨ ਦੇ ਉੱਤੇ ਬਣ ਸਕਦੀ ਸਾਡੀ ਵੀਡੀਓ ਜੀ ਹਾਂਜੀ ਅਤੇ ਹਲੇ ਆ ਗਏ ਜੀ ਬਟਨ 'ਤੇ ਬਸ ਥੋੜ੍ਹੀ ਦੇਰ ਤੱਕ ਨਿਕਲਣਾ ਜੀ ਤਿੰਨ ਦਿਨ ਲੱਗ ਗਏ ਅੱਜ ਤੀਜਾ ਦਿਨ ਆ ਜੀ ਅਤੇ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਂਦੇ ਹਾਂ ਅੱਜ ਅਸੀਂ ਜਾਣਾ ਦਮਾਮ 4.5 ਸਾਲਾਂ ਬਾਅਦ ਦੇਖਦੇ ਹਾਂ ਕਿੱਦਾਂ ਦੇ ਰੋਡ ਹੈ ਕੀ ਹਿਸਾਬ ਕਿਤਾਬ ਆ ਹਲੇ ਕੁਛ ਨਹੀਂ ਪਤਾ ਖਰਾਬ ਹੈ ਵਧੀਆ ਆ ਇਹ ਤਾਂ ਅੱਗੇ ਜਾ ਕੇ ਦੇਖਦੇ ਹਾਂ ਹੁਣ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਦੇਖਦੇ ਹਾਂ ਕੀ ਬਣਦਾ ਬਾਰਡਰ ਤੋਂ ਨਿਕਲ ਗਿਆ ਜੀ ਆਹ ਪਹਿਲਾ ਪੰਪ ਆਉਂਦਾ ਉੱਥੇ ਆਪਾਂ ਤੇਲ ਪਾਉਣ ਲਈ ਖੜ੍ਹੇ ਹਾਂ ਆਪਾਂ ਜੀ ਤੇਲ ਫਿਲ ਕਰਨ ਡਿਆ ਅਤੇ ਆਪਾਂ ਚੈਕਿੰਗ ਵਗੈਰਾ ਥੋੜ੍ਹੀ ਕਰ ਲਈਏ ਟਾਇਰ ਟੂਰ ਓਕੇ ਆ ਕਿ ਨਹੀਂ ਫਿਰ ਚੱਲਦੇ ਹਾਂ ਅੱਗੇ ਫਿਲਹਾਲ ਤਾਂ ਚਲੋ ਓਕੇ ਮਾੜਾ ਹੀ ਕਿਰਪਾ ਨਾਲ ਸਾਰਾ ਕੁਝ ਠੀਕ ਠਾਕ ਗੱਡਾਂ ਥੋੜ੍ਹੀਆਂ ਲੂਜ ਹੈਗੀਆਂ ਆਪਾਂ ਉਹਨਾਂ ਨੂੰ ਰੋਕ ਲਾ ਦੇਣਾ ਬਾਕੀ ਤਾਂ ਓਕੇ ਹੀ ਸਭ ਬਸ ਅਤੇ ਹੋ ਚੱਲਾ ਆਪਣਾ ਫਿਰ ਆਪਾਂ ਨਿਕਲਦੇ ਹਾਂ ਕੁਛ ਖਾ ਪੀ ਕੇ ਥੋੜ੍ਹਾ ਬਹੁਤਾ ਫਿਰ ਅਸੀਂ ਚੱਲਦੇ ਹਾਂ ਪਾਉਂਦੇ ਹਾਂ ਚੱਲੇ ਬਾਰਡਰ ਤੱਕ ਨਿਕਲ ਗਿਆ ਆਪਾਂ ਤੇਲ ਤੁਲ ਪਵਾ ਕੇ ਆਪਾਂ ਤੁਰ ਪਏ ਅਤੇ ਰੋਟੀ ਬਣਾਉਣ ਦਾ ਟਾਈਮ ਨਹੀਂ ਅੱਗੇ ਕੰਪਨੀ ਬੰਦ ਹੋਈ ਨਹੀਂ ਤਾਂ ਫਿਰ ਹੁਣ ਆਹੀ ਚੱਕ ਲਿਆ ਆਪਾਂ ਸੈਂਡ ਵਿੱਚ ਨਾਲ ਲੈ ਲਈ ਕੌਕ ਚੱਕ ਕੇ ਰੱਖੀਏ ਕੰਮ ਹੁਣ ਜਾਣ ਦੀ ਹੈ ਮੁੜ ਕੇ ਦੇਖਾਂਗੇ ਜਾਂਦੀ ਸਾਡੀ ਰੋਟੀ ਰੋਟੀ ਦਾ ਕੀ ਪ੍ਰੋਗਰਾਮ ਸਹੀ ਆ ਲੈਫਟ ਮਾਰਿਆ ਇੱਥੋਂ ਜੇ ਅਸੀਂ ਰਾਈਟ ਮਾਰੀਏ ਫਿਰ ਉਹ ਕਤਰ ਨੂੰ ਚੱਲ ਜਾਂਦਾ ਜੀ ਇਹ ਹੁਣ ਅਸੀਂ ਦਮਾਮ ਨੂੰ ਜਾਣਾ ਆ ਤਾਂ ਕਰਕੇ ਅਸੀਂ ਇੱਧਰ ਨੂੰ ਕੀਤਾ ਆ ਫਿਰ ਆਊਗਾ ਹਬੂਬ ਹਬੂਬ ਤੋਂ ਅੱਗੋਂ ਆਊਗਾ ਫਿਰ ਦੋ ਤਿੰਨ ਐਗਜਿਟ ਲੈਣੇ ਆ ਇੱਧਰ ਰਾਈਟ ਲੈਫਟ ਫਿਰ ਅਸੀਂ ਪਹੁੰਚ ਜਾਣਾ ਜੀ ਦਮਾਮ ਇੱਥੇ ਗੱਡੀ ਖਾਲੀ ਹੋਣੀ ਆਪਣੀ ਹਾਂਜੀ ਅਤੇ ਥੋੜ੍ਹਾ ਜਿਹਾ ਰੂਪ ਚੇਂਜ ਕਰ ਲਿਆ ਧੁੱਪ ਪੈਣ ਕਰਕੇ ਧੁੱਪ ਧੁੱਪ ਬਹੁਤ ਪੈ ਰਹੀ ਸੀ ਅੱਖਾਂ 'ਚ ਐਨਕਾਂ ਲਾਉਣੀ ਆਪਾਂ ਇਹ ਹੈ ਨਾਈਟ ਵਾਲੀ ਵਧੀਆ ਸਫ਼ਰ ਚੱਲੀ ਜਾਂਦਾ ਸਭ ਕੁਛ ਠੀਕ ਠਾਕ ਅੱਗੇ ਜਾ ਕੇ ਲਾਉਂਗੇ ਇੱਕ ਬ੍ਰੇਕ ਟਾਇਰ ਟੂਰ ਚੈੱਕ ਕਰਾਂਗੇ ਸਭ ਕੁਛ ਹਾਂ ਹੋ ਗਿਆ ਜੀ ਸੈਸਕੋ ਦਾ ਪੰਪ 77 ਫਿਲਸ ਹੈ ਇੱਥੇ ਡੀਜ਼ਲ ਦਾ ਪ੍ਰਾਈਸ ਅਤੇ ਖਾਣ ਪੀਣ ਲਈ ਹੈਗਾ ਸੀ ਆਪਾਂ ਵੈਸੇ ਖਾ ਕੇ ਤੁਰੇ ਹੋਣੇ ਫਿਲਹਾਲ ਕੁਛ ਖਾਣ ਦੀ ਲੋੜ ਨਹੀਂ ਤਾਂ ਕਰਕੇ ਮੈਂ ਕਿਹਾ ਚੱਲ ਜਾਈਏ ਟਾਈਮ ਨਾਲ ਕੰਪਨੀ ਕੰਪਨੀ 'ਚ ਪਹੁੰਚ ਜਾਵਾਂਗੇ ਖਾਲੀ ਕਰ ਲਵਾਂਗੇ ਗਰਮੀ ਦਾ ਲੁਫਤ ਉਠਾਤੇ ਹੋਏ ਹਮਨੇ ਆਈਸਕ੍ਰੀਮ ਲੈ ਲਈ ਹੈ ਅਭੀ ਚਲਦੀ ਚਲਦੀ ਗਾਡੀ ਮੈਂ ਖਾਣੀ ਹੈ ਹਵਾ ਉਹ ਚੱਲ ਪਈ ਬਾਹਰ ਅਤੇ ਦੇਖਦੇ ਹਾਂ ਕੀ ਬਣਦਾ ਆ ਘੰਟੇ ਕਿਤੇ ਸਫ਼ਰ ਰਹਿ ਗਿਆ ਜੀ ਆਪਾਂ ਪੰਪ ਦਾ ਤੇਲ ਤੁਲ ਪਾ ਕੇ ਰੋਟੀ ਰੋਟੀ ਖਾ ਕੇ ਥੋੜ੍ਹੀ ਬਹੁਤੀ ਨਾਲ ਆਪਾਂ ਆਈਸਕ੍ਰੀਮ ਖਾਧੀ ਆ ਫਿਰ ਹੁਣ ਅਸੀਂ ਜਾਣਦੇ ਹਾਂ ਹੋਰ ਘੰਟੇ ਸਵਾ ਘੰਟੇ ਤੱਕ ਪਹੁੰਚ ਜਾਣਾ ਅਸੀਂ ਬਾਅਦ 'ਚ ਖਾਲੀ ਖੁੱਲੀ ਕਰਕੇ ਦੇਖਦੇ ਹਾਂ ਲੋਡ ਦਾ ਕੀ ਜੁਗਾੜ ਆ ਪੂਰੇ 4.5 ਸਾਲ ਬਾਅਦ ਮੈਂ ਆਇਆ ਦਮਾਮ 'ਚ ਜੀ ਵਾਪਸ ਅਤੇ ਬਹੁਤ ਟਾਈਮ ਬਾਅਦ ਜਾ ਰਹੇ ਹਾਂ ਬਸ ਪਹੁੰਚਣ ਵਾਲੇ ਹਾਂ ਸ਼ਹਿਰ ਦੇ ਅੰਦਰ ਅਤੇ ਆਹ ਜਿਹੜੇ ਤੁਹਾਨੂੰ ਟਰੱਕ ਜੇ ਲੱਭਣ ਦੇ ਆ ਇਹਨਾਂ ਦੇ ਪਿੱਛੇ ਇੱਕ ਬੀਚ ਹੈ ਹੋਰ ਅਤੇ ਸਮੁੰਦਰ ਇਸ ਜ਼ਿਆਦਾ ਸ਼ਹਿਰ ਇਹ ਸਮੁੰਦਰ 'ਚ ਹੀ ਬਣਿਆ ਹੋਇਆ ਸਾਊਦੀ ਅਰਬ ਦਾ ਤਮਾਮ ਸ਼ਹਿਰ ਹੈ ਜੀ
शहर भी समुंदर च ही है सारा। बाकी दिखाने तुम शहर अंदर जाके थोड़ा बहुत जिन्ना क दिखा हो। बहुत ज्यादा ट्रैफिक है जी, तमाम चेंटर करने के लिए एम्बुलेंस में भी रास्ता नहीं मिल रहा। बट हो गए अं लाइन च फसे उतो कार पिछों की इधरों की आ के ना बिच जी फसाई जाते हैं। जिदा पता नहीं इनके पापा का रोड होता है उधरों। आ मेरा वीर कोई सऊदी वाला लैके आ गया कंटेनर, कहता मैं भी अगे जाना उधरों तीन ही लैना ट्रकाल ने मलकिया आया तो मानते हैं। चौथा इधर कहता मैं राइड चल जाना, कहता मैंने तो जगह मिलनी नहीं इतने। बाला एक सूतड़ा काम होना पड़ा है, कसूतड़ा कंपनी के बाहर इतने होर भी आ तो सऊदी की गड्डी है और एक दुबई की गड्डी खड़ी है पहले ही इतने। एक अंदर शायद खाली हो रही है, पूछते हैं जाके की माहौल चौल है, माहौल शौल देखिए की बनता। वाले शूट लै नहीं हुए थी तो खाली करती अं हूँ जा रहे हैं वापस खाली। लोड देखा से किता किता फोन फान नहीं मिलया, सो हूँ खाली जाना पैन दिया। रश फिर उन्ना ही शाम शाम को भी हर दिन मतलब इतने हर सारी दिहाड़ी इधर रहा ही रश है। ये महाराज जी हूँ असं एग्जिट दमाम वाले रोड तो बार्डर रोड न जावे बार्डर से खिची जावे कि ना दुबई वाली खड़िया दो एक जान दी दुबई वाली एक दास दी दुबई वाली। कहते ना अज पता लगू वैलिया के जोड़ का हूँ भजाई जानी है हूँ आप बार्डर तो क्रॉस करना है। अच शाम पै गई है और रात पै नहीं है जाते जाते अपन देखते हैं जो अपन लोकल लोड मिलता कोई तो। नौ जी सोती दे बेच वज चुके ने नौ या नेरा पै गया पूरा गया हूँ अभी पहुँचना घंटा डेढ़ ही लग जाना इतों बार्डर से पहुँचने उसे जाके देखते हैं तेल तुल पाने पिछे पंप तो रुक रश बहुत है। मैं क्या चलो अगे रुकते हैं थोड़ा बहुत उसे देखते हैं की करना जाके। हाँ जी गुड मॉर्निंग जी, अगले दिन की शुरुआत के नाल असी है सिले बॉर्डर राती निकल गए। बॉर्डर दिखा नहीं सी सकते वीडियो बहुत ही ज़्यादा मतलब टाइम लग गया बॉर्डर से बहुत ही खज्जल होए कहने जिन्हों कच्चे जे गड्डी पार्क लाई सी। इधर यह होंगे कि चलो शोर शोर नहीं रोड का आता रोड के नाल ही कच्चा जहा है सिला पार्क आती इतने वो लागे लागे सो गए थे और निकले हैं बस थोड़ा बहुत इतने आप ब्रेकफास्ट करा टायर जहाँ चेंज कराने एक करा के तो फिर अं चलते हैं रोवेस रोवेस तो अं लोड चकना लैन का जिते पहला ब्लॉग बनाया था लैन। सो ये है जी सिला सिला शहर जो कहें वो है इतने आए थे लोड जहा चकन तो बनी नहीं गल हूँ देखते हैं वापस जाने हैं। जड़ा सिगा लोड हो गया कैंसल हूँ आप खाली जा रहे हैं घर न आइसक्रीम पई है अपने को एनर्जी ड्रिंक पई है बस आ मौसम अच बहुत घैट है पहला रोड खाली अगे जाके बहुत रश हो जाना। आप ट्रिप लैके गए ही तो कुछ भी नहीं बनया उदो आने दुबई वाले ने पता नहीं आ की आ बरके जे पता नहीं की कहें इन्हों आ खड़े करी जाते रोड के नाल पता नहीं क्यों ये करे कुछ गबरू। हाँ जी
ਤੇ ਅਸੀਂ ਪਹੁੰਚ ਗਏ ਆ ਜੀ ਰਵੇਸ ਪਹਿਲਾਂ ਲੋਡ ਸਾਡਾ ਕੈਂਸਲ ਹੋ ਗਿਆ ਸੀ ਹੁਣ ਫਿਰ ਮੇਲ ਵੱਜੀ ਹੋਈ ਆ ਲੋਡ ਹੋਊਗਾ ਹੁਣ ਆ ਦੇਸੀ ਲਾਈਟ ਤਾਂ ਜ਼ਿਆਦਾ ਚਮਕਦੀ ਆ ਓਰੀਜਨਲ ਆ ਬਾਕੀ ਲਾਈਟਾਂ ਤਾਂ ਨਹੀਂ ਚਮਕਦੀਆਂ ਆਹ ਗੱਡੀਆਂ ਲੱਗੀਆਂ ਹੋਈਆਂ ਅਤੇ ਇੱਥੋਂ ਆਪਾਂ ਲੋਡ ਕਰਨਾ ਆ ਰੋਬਿਨ ਦੀ ਵੇਟ ਕਰਦੇ ਹਾਂ ਹੁਣ ਤੁਹਾਨੂੰ ਦੱਸਾਂਗੇ ਰੋਬਿਨ ਕੌਣ ਉਹਨਾਂ ਮਨਾਵਾਂਗੇ ਤੁਹਾਡੇ ਨਾਲ ਸਵੇਰੇ ਆਹ ਜੀ ਆਪਣੀ ਗੱਡੀ ਖੜ੍ਹੀ ਆ ਹਾਂ ਬਾਈ ਆ ਇੱਕ ਖੜ੍ਹਾ ਅਤੇ ਬਸ ਹੁਣ ਆਪਾਂ ਥੋੜ੍ਹੀ ਅੱਗੇ ਗੱਲ ਲੈਣੀ ਆ ਰੋਬਿਨ ਆਉਣਾ ਵਾ 2 ਵਜੇ ਐਂਟਰੀ ਕਰਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਲੋਡ ਲੋਡ ਕਰਕੇ ਕੀ ਲੋਡ ਕਰਨਾ ਆ ਕਿੱਥੇ ਜਾਣਾ ਕਿੱਦਾਂ ਨਹੀਂ ਅਤੇ ਹੁਣ ਟਾਈਮ ਹੋ ਗਿਆ ਥੋੜ੍ਹਾ ਸੌਣ ਦਾ ਅਤੇ ਬਾਕੀ ਦੱਸਦੇ ਹਾਂ ਤੁਹਾਨੂੰ ਸਵੇਰੇ ਲੋਡ ਕਿੱਦਾਂ ਕਰਦੇ ਕੀ ਹਿਸਾਬ ਕਿਤਾਬ ਆ ਥੋੜ੍ਹਾ ਹੁਣ ਉੱਦਾਂ ਦਾ ਮਾਹੌਲ ਬਣਿਆ ਪਿਆ ਅਤੇ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਦੱਸਾਂਗੇ ਕਿ ਲਾਇਸੈਂਸ ਕਿੱਦਾਂ ਬਣਦਾ ਕੀ ਹਿਸਾਬ ਕਿਤਾਬ ਆ ਕਿੰਨਾ ਖਰਚਾ ਕੀ ਹੁੰਦਾ ਇਹਦੇ ਦਾ ਹਿਸਾਬ ਕਿਤਾਬ ਨਾਲ ਅਸੀਂ ਬਣਾਵਾਂਗੇ ਸਰਬਜੀਤ ਨੂੰ ਬਿਠਾਵਾਂਗੇ ਅਤੇ ਸਾਰੀਆਂ ਗੱਲਾਂ ਕਰਾਂਗੇ ਫਿਰ ਕਿੱਦਾਂ ਲਾਇਸੈਂਸ ਬਣਦਾ ਕੀ ਹਿਸਾਬ ਕਿਤਾਬ ਆ ਅਤੇ ਕੀ ਕੀ ਲੋੜ ਆ ਕਿੰਨੇ ਪੈਸੇ ਲੱਗਦੇ ਕੀ ਹਿਸਾਬ ਕਿਤਾਬ ਆ ਜ਼ਰੂਰ ਦੱਸਾਂਗੇ।